ਅੱਜ ਸਵੇਰੇ 7 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਜੀ, ਆਲਰੇਡੀ ਡਿਲੀਵਰੀ ਹੋ ਚੁੱਕੀ ਸੀ, ਰੇਲਵੇ ਟ੍ਰੇਨ ਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ। ਲੁਧਿਆਣੇ ਤੋਂ ਲਖਨਊ ਨੂੰ ਜਾ ਰਹੀ ਰੇਲ ਗੱਡੀ ਦੇ ਵਿੱਚ ਇੱਕ ਔਰਤ ਨੇ ਦਿੱਤਾ ਬੱਚੇ ਨੂੰ ਜਨਮ। ਤੁਹਾਨੂੰ ਦੱਸ ਦਿਓ ਕਿ ਤਸਵੀਰਾਂ ਸਮਰਾਲਾ ਰੇਲਵੇ ਸਟੇਸ਼ਨ ਦੀਆਂ ਨੇ, ਜਿੱਥੇ ਇੱਕ ਔਰਤ ਨੇ ਰੇਲ ਗੱਡੀ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਦਰਅਸਲ ਤੁਹਾਨੂੰ ਦੱਸ ਦਿਓ ਕਿ ਔਰਤ ਲੁਧਿਆਣੇ ਤੋਂ ਲਖਨਊ ਨੂੰ ਰੇਲ ਗੱਡੀ ਦੇ ਵਿੱਚ ਜਾ ਰਹੀ ਸੀ, ਤਾਂ ਜਦੋਂ ਇਹਨਾਂ ਦੀ ਰੇਲ ਗੱਡੀ ਸਮਰਾਲਾ ਰੇਲਵੇ ਸਟੇਸ਼ਨ ਦੇ ਕੋਲ ਪੁੱਜਣ ਲੱਗੀ ਤਾਂ ਅਚਾਨਕ ਇਸ ਔਰਤ ਦੇ ਦਰਦ ਹੋਣ ਲੱਗ ਪਈ, ਉੱਚੀ ਉੱਚੀ ਰੌਲਾ ਪਾਉਣ ਲੱਗ ਪਈ, ਤਾਂ ਜਿਸ ਤੋਂ ਬਾਅਦ ਨਾਲ ਬੈਠੀਆਂ ਸਵਾਰੀਆਂ ਨੇ ਇਸ ਔਰਤ ਦੀ ਰੇਲ ਗੱਡੀ ਦੇ ਵਿੱਚ ਹੀ ਡਿਲੀਵਰੀ ਕੀਤੀ, ਅਤੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਹੀ ਇਸ ਔਰਤ ਨੇ ਰੇਲ ਗੱਡੀ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਹਾਂਜੀ ਸਰ, ਆਪਣਾ ਇਹ ਜੋ ਸਮਰਾਲਾ ਸਟੇਸ਼ਨ ਹੈ, ਉਸ ਤੋਂ ਪਹਿਲੇ ਪਹਿਲੇ ਹੋ ਗਈ, ਤੋ ਉਸਮੇ 3 ਲੇਡੀਜ਼ ਉਹਨਾਂ ਨੇ ਹੈਲਪ ਕਰੀ। ਉਸ ਤੋਂ ਬਾਅਦ ਮੈਂ ਜੋ ਵਹਾਂ ਪੇ ਜੋ ਟੀ ਸੀ ਥਾ ਉਸਨੇ ਫਿਰ ਉੱਧਰ ਕੰਟੈਕਟ ਕੀਆ, ਫਿਰ ਉਹਨਾਂ ਨੇ ਐਂਬੂਲੈਂਸ ਮੰਗਾ ਲਈ ਯਹੀਂ ਸੇ। ਸੁਣ, ਅਭੀ 8 ਮਹੀਨੇ ਚੱਲ ਰਿਹਾ, ਲੁਧਿਆਣਾ ਸੇ ਲਖਨਊ। ਹਾਂਜੀ, ਹਾਂਜੀ ਆਪਣਾ ਇਸ ਤੋਂ ਇਲਾਵਾ ਹਾਂਜੀ ਨਹੀਂ। ਹਾਂਜੀ, ਅੱਜ ਸਵੇਰੇ 7 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਜੀ, ਆਲਰੇਡੀ ਡਿਲੀਵਰੀ ਹੋ ਚੁੱਕੀ ਸੀ, ਰੇਲਵੇ ਟ੍ਰੇਨ ਉਹਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ। 8ਵੇਂ ਮਹੀਨੇ ਦੀ ਪ੍ਰੈਗਨੈਂਟ ਸੀ ਲੇਡੀ, ਮੇਲ ਬੱਚਾ ਹੋਇਆ, 2 ਕਿਲੋ ਵੇਟ ਹੈ ਜੀ ਉਹਦਾ, ਜੱਚਾ ਤੇ ਬੱਚਾ ਦੋਨੇ ਤੰਦਰੁਸਤ ਨੇ। ਡਿਲੀਵਰੀ ਟ੍ਰੇਨ 'ਚ ਹੋ ਗਈ ਸੀ, ਸਾਡੇ ਕੋਲ ਨਹੀਂ ਹੋਈ। ਮਾਤਾ ਦਾ ਨਾਮ ਹੈਗਾ ਜੀ ਸੋਨਮ। ਹਾਂਜੀ, ਇਹ ਲੁਧਿਆਣੇ ਤੋਂ ਜਾ ਰਹੇ ਸੀ।